अस्सलाम वालेकुम दोस्तों, स्वागत है ਤੁਹਾਡਾ ਫਕੀਰ ਰੰਗ ਚੈਨਲ ਦੇ ਵਿੱਚ। ਮੈਂ ਸਰਵ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਦੋਸਤਾਂ ਨੂੰ ਜੋ ਉਹ ਪੀਰਾਂ ਫਕੀਰਾਂ ਨੂੰ ਮੰਨਣ ਵਾਲੀਆਂ ਰੂਹਾਂ ਨੇ ਉਹਨਾਂ ਸਾਰਿਆਂ ਨੂੰ ਜੇਠਾ ਵੀਰਵਾਰ ਮੁਬਾਰਕ ਹੋਵੇ ਜੀ। ਬਸ ਸਾਰੇ ਦੋਸਤ ਇੱਕ ਸਵਾਲ ਹੀ ਪੁੱਛਦੇ ਹਨ ਕਿ ਜੇਠਾ ਵੀਰਵਾਰ ਕੀ ਹੁੰਦਾ ਹੈ। ਮੈਂ ਪਹਿਲੇ ਦੱਸ ਦਵਾਂ ਕਿ ਸੰਗਰਾਂਦ ਤੋਂ ਬਾਅਦ ਜਿਹੜਾ ਪਹਿਲਾ ਵੀਰਵਾਰ ਆ ਜਾਵੇ ਉਹ ਜੇਠਾ ਹੁੰਦਾ, ਵੱਡਾ ਉਹ ਵੀਰਵਾਰ ਹੁੰਦਾ ਹੈ। ਤੋ ਅੱਜ ਇੱਕ ਬਹੁਤ ਵਧੀਆ ਇੱਕ ਨੁਕਤੇ ਦੀ ਗੱਲ ਫਿਰ ਲੈ ਕੇ ਹਾਜ਼ਰ ਹੋਏ ਹਾਂ। ਗੌਸ ਪਾਕ ਸਰਕਾਰ ਹਜ਼ਰਤ ਸ਼ੇਖ ਉਲ ਅਬਦੁਲ ਕਾਦਰ ਸ਼ਾਹਿਜ਼ਲਾ ਮੇਰਾ ਗੌਸ ਪਾਕ ਸੱਚੀ ਸਰਕਾਰ ਜੀ ਕਹਿੰਦੇ ਨੇ ਕਿ ਜਦੋਂ ਸਰਕਾਰ ਇਬਾਦਤ ਕਰਦੇ ਹੁੰਦੇ ਸੀ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ, ਤੇ ਉਸ ਵਕਤ ਉਸ ਅੱਲਾਹ ਦੇ ਧਿਆਨ ਦੇ ਵਿੱਚ ਰਹਿਣਾ, ਸਾਰਾ ਦਿਨ ਅੱਲਾਹ ਦੀ ਇਬਾਦਤ ਕਰਨੀ ਤੇ ਘਰ ਦਾ ਕੰਮ ਘੱਟ ਕਰਨਾ, ਦੁਨਿਆਵੀ ਕੰਮਾਂ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਸੀ। ਤੇ ਫਿਰ ਘਰ ਦੇ ਖਾਣ ਪੀਣ ਦੇ ਲਈ ਜੋ ਸਮਾਨ ਲੈ ਕੇ ਆਉਂਦੇ ਉਹਨਾਂ ਸਮਾਨ ਤੇ ਉਹ ਰਾਸ਼ਨ ਹੋਰ ਜ਼ਰੂਰੀ ਵਸਤਾਂ ਜੋ ਹੁੰਦੀਆਂ ਉਹਨਾਂ ਦੇ ਪੈਸੇ ਬਹੁਤ ਬਣ ਗਏ। ਜਦੋਂ ਉਹ ਚੀਜ਼ਾਂ ਸਰਕਾਰ ਦੇ ਘਰਦਿਆਂ ਨੇ ਵਰਤੀਆਂ ਤੇ ਉਹਨਾਂ ਦੇ ਪੈਸੇ ਹੋ ਗਏ 250 ਦਿਨਾਰ ਉਸ ਵਕਤ ਵਿੱਚ, ਤੇ ਜਿਹਨਾਂ ਜਿਹਨਾਂ ਦੇ ਕੋਲੋਂ ਜੋ ਜੋ ਚੀਜ਼ ਖਾਣ ਦੇ ਲਈ ਲਿਆਂਦੀ ਗਈ ਤੇ ਉਹ ਸਭ ਸਲਾਹ ਕਰਨ ਲੱਗ ਪਏ ਕਿ ਕਿਉਂ ਨਾ ਸ਼ੇਖ ਤੇ ਕਰਜਾਇਆ ਜਾਵੇ। ਸ਼ੇਖ ਮੀਨ ਸਰਕਾਰ ਸ਼ੇਖ ਉਲ ਅਬਦੁਲ ਕਾਦਰ ਸ਼ਾਹਿਜ਼ਲਾ ਮੀਰਾ ਗੌਸ ਪਾਕ ਜੀ ਦੇ ਘਰ ਵਿੱਚ ਜਾ ਕੇ ਤੇ ਪੈਸੇ ਮੰਗੇ ਜਾਣ। ਤੋ ਉਹ ਅੱਲਾ ਦੇ ਬਲੀ ਉਹਨਾਂ ਦੇ ਘਰ ਦੇ ਵਿੱਚ ਕੋਈ ਮੰਗਣ ਆਵੇ ਤੋ ਵੱਖਰੀ ਗੱਲ ਹੈ, ਪਰ ਕੋਈ ਆਪਣਾ ਦਿੱਤਾ ਹੋਇਆ ਲੈਣ ਆਵੇ ਇਹ ਰੱਬ ਨੂੰ ਗੱਲ ਪਸੰਦ ਨਾ ਆਏ। ਉਸ ਅੱਲਾਹ ਤਾਲਾ ਨੇ ਕੀ ਕੀਤਾ ਕਿ ਇੱਕ ਫਰਿਸ਼ਤਾ ਭੇਜਿਆ, ਉਸਨੂੰ ਕਿਹਾ ਕਿ ਜਾ ਇਹ ਜੋ ਮੇਰਾ ਬਲੀ ਹੈ ਅਬਦੁਲ ਕਾਦਰ, ਜਿੰਨੇ ਜਿੰਨੇ ਪੈਸੇ ਜਿਸ ਜਿਸ ਵਿਅਕਤੀ ਦੇ ਇਸਨੇ ਦੇਣੇ ਹਨ ਉਸਨੂੰ ਆਪ ਜਾ ਕੇ ਦੇ ਕੇ ਆ, ਤੇ ਬਾਅਦ ਵਿੱਚ ਜਾ ਕੇ ਫਿਰ ਉਸਨੂੰ ਦੱਸ ਕੇ ਆਉਣਾ ਕਿ ਤੇਰਾ ਸਾਰਾ ਕਰਜ਼ਾ ਮੈਂ ਲਾ ਦਿੱਤਾ ਹੈ। ਕਿਉਂਕਿ ਜੋ ਬਲੀ ਹੋਇਆ ਕਰਦੇ ਨੇ ਅੱਲਾਹ ਦੇ ਉਹਨਾਂ ਦਾ ਫਿਕਰ ਫਿਰ ਅੱਲਾਹ ਨੂੰ ਆਪ ਹੁੰਦਾ ਹੈ। ਤੇ ਉਹ ਫਰਿਸ਼ਤਾ ਧਰਤੀ ਤੇ ਆਇਆ, ਆ ਕੇ ਜਿੰਨੇ ਜਿੰਨੇ ਦੇ ਪੈਸੇ ਦੇਣੇ ਸੀ ਸਰਕਾਰ ਮੀਰਾ ਗੌਸ ਪਾਕ ਜੀ ਦਾ ਰੂਪ ਬਣਾ ਕੇ ਇਕੱਲੇ ਇਕੱਲੇ ਦੇ ਪੈਸੇ ਮੁੜ ਕੇ ਫਿਰ ਆ ਕੇ ਸਰਕਾਰ ਜੀ ਨੂੰ ਦੱਸਿਆ ਕਿ ਮੈਂ ਇੱਕ ਫਰਿਸ਼ਤਾ ਹਾਂ ਜੋ ਅੱਲਾਹ ਦੀ ਤਰਫ ਭੇਜਿਆ ਗਿਆ ਹੈ, ਤੋ ਮੈਂ ਆਪ ਜੀ ਦਾ ਜਿੰਨਾ ਕਰਜ਼ਾ ਸੀ ਸਭ ਉਤਾਰ ਕੇ ਆਇਆ ਹਾਂ। ਫਿਰ ਗੌਸ ਪਾਕ ਸਰਕਾਰ ਜੀ ਬੜੇ ਉਸ ਅੱਲਾਹ ਦੀ ਯਾਦ ਦੇ ਵਿੱਚ ਰੋਏ ਕਿ ਹੇ ਅੱਲਾਹ, ਹੇ ਮੇਰੇ ਪਰਵੇਦਗਾਰ, ਤੈਨੂੰ ਮੇਰਾ ਕਿੰਨਾ ਫਿਕਰ ਹੈ ਕਿ ਇੱਕ ਬਲੀ ਜੋ ਤੇਰਾ ਇੱਕ ਮੰਨਣ ਵਾਲਾ ਹੈ, ਤੇਰਾ ਮੁਰੀਦ ਹੈ, ਕਿੰਨਾ ਤੂੰ ਮੇਰਾ ਖਿਆਲ ਰੱਖਦਾ। ਤੇ ਇਸ ਤਰ੍ਹਾਂ ਫਿਰ ਉਹਨਾਂ ਦਾ ਸਾਰਾ ਕਰਜ਼ ਜਿਹੜਾ ਸੀ ਉਹਨਾਂ ਨੇ ਆਪ ਉਤਾਰਿਆ। ਆਪਾਂ ਵੀ ਜੇ ਉਸ ਅੱਲਾਹ ਨੂੰ ਉਹ ਬਲੀ ਰੱਬ ਦੇ ਬਲੀ ਨੂੰ ਮੰਨਦੇ ਹਾਂ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਵੀ ਸਰਕਾਰ ਇਸ ਤਰ੍ਹਾਂ ਕਰਦੇ ਹਨ ਕਿ ਪੂਰਾ ਯਕੀਨ ਹੋਣਾ ਚਾਹੀਦਾ ਕਿ ਰੱਬ ਨੂੰ ਪਤਾ ਹੋਵੇ ਕਿ ਇਹ ਮੇਰਾ ਮੁਰੀਦ ਹੈ, ਇਹ ਸੱਚੇ ਦਿਲੋਂ ਮੇਰੇ ਨਾਲ ਜੁੜਿਆ ਹੋਇਆ ਹੈ, ਤੇ ਮੈਂ ਇਸਦਾ ਜੋ ਵਿਗੜਿਆ ਹੋਇਆ ਕੰਮ ਹੈ ਉਸਨੂੰ ਜ਼ਰੂਰ ਹੱਲ ਕਰਨਾ ਹੈ। ਤੋ ਫਿਰ ਸਾਰੇ ਕੰਮ ਹੱਲ ਹੋ ਜਾਂਦੇ ਹਨ। ਤੋ ਆਸ ਕਰਾਂਗਾ ਕਿ ਆਪ ਜੀ ਨੂੰ ਇਹ ਨਿੱਕਾ ਜਿਹਾ ਨੁਕਤਾ ਪਸੰਦ ਆਇਆ ਹੋਵੇਗਾ। ਤੋ ਜਲਦ ਹਾਜ਼ਰ ਹੋਵਾਂਗਾ ਕਿ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।